ਕੱਲ ਟੈਕਸਸ ਦੇ ਇੱਕ ਫੈਡਰਲ ਕੋਰਟ ਨੇ ਸਟੂਡੈਂਟ ਲੋਨ ਬੋਰੋਅਰਸ, ਜਿਹੜਾ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਫੋਰਗਿਵਨੈਸ ਪ੍ਰੋਗਰਾਮ ਰੱਖਿਆ ਸੀ, $10,000 ਤੋਂ $20,000 ਤੱਕ ਜਿਹੜੇ ਫੈਡਰਲ ਸਟੂਡੈਂਟ ਲੋਨਸ ਆ ਉਹਨਾਂ ਦੀ ਮਾਫੀ ਨੂੰ ਉਸ ਨੂੰ ਸਟਰੱਕ ਡਾਊਨ ਕਰ ਦਿੱਤਾ ਹੈ। ਉਸ ਨੂੰ ਉਹਨਾਂ ਨੇ ਕਿਹਾ ਵੀ ਐਗਜ਼ੈਕਟਿਵ ਬ੍ਰਾਂਚ ਦੇ ਕੋਲ ਇਹ ਪਾਵਰ ਨਹੀਂ ਹੈਗੀ ਵੀ ਇਹ ਜਿਹੜੇ ਸਟੂਡੈਂਟ ਲੋਨਸ ਆ ਉਹਨਾਂ ਨੂੰ ਫੋਰਗਿਵ ਜਿਹੜਾ ਉਹ ਕਰ ਸਕੇ। ਹੁਣ ਡਿਪਾਰਟਮੈਂਟ ਆਫ ਜਸਟਿਸ ਇਮੀਡੀਏਟਲੀ ਉਹਨਾਂ ਨੇ ਜਿਹੜੇ ਫਿਫਥ ਸਰਕਟ ਕੋਰਟ ਆਫ ਅਪੀਲਸ ਆ ਉਸ ਦੇ ਵਿੱਚ ਦਰਖਾਸਤ ਜਿਹੜੀ ਉਹ ਲਾ ਦਿੱਤੀ ਆ ਇਸ ਜਿਹੜੇ ਫੈਸਲੇ ਦੇ ਜਿਹੜਾ ਉਲਟ। ਸੋ ਉਹਨਾਂ ਨੇ ਇਸ ਨੂੰ ਗੈਰ ਕਾਨੂੰਨੀ ਜਾਂ ਇਲੀਗਲ ਜਿਹੜਾ ਆ ਇਸ ਪ੍ਰੋਗਰਾਮ ਨੂੰ ਜਿਹੜਾ ਉਹ ਕਰਾਰ ਦੇ ਦਿੱਤਾ ਸੀਗਾ। ਟਰੰਪ ਅਪੁਆਇੰਟਡ ਜਿਹੜੇ ਸੀਗੇ ਜੱਜ ਜਿਨ੍ਹਾਂ ਨੇ ਇਸ ਸਟੂਡੈਂਟ ਲੋਨ ਫੋਰਗਿਵਨੈਸ ਪ੍ਰੋਗਰਾਮ ਨੂੰ ਸਟਰੱਕ ਡਾਊਨ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਕਹਿੰਦੇ ਵੀ ਇਸ ਦੇ ਨਾਲ ਜਿਹੜੀਆਂ ਡਿਪਾਰਟਮੈਂਟ ਆਫ ਐਜੂਕੇਸ਼ਨ ਆ ਉਹਨਾਂ ਨੂੰ ਜਿਹੜੀਆਂ ਡੈਟ ਰਿਲੀਫ ਦੀਆਂ ਐਪਲੀਕੇਸ਼ਨਸ ਆ ਉਸ ਉੱਤੇ ਹੁਣ ਰੋਕ ਲਾਉਣੀ ਪੈ ਚੁੱਕੀ ਆ। ਸੋ ਇਸ ਤੋਂ ਪਹਿਲਾਂ ਕਈਆਂ ਨੇ ਜਿਹੜੇ ਆਲਰੇਡੀ ਐਪਲੀਕੇਸ਼ਨਸ ਭਰ ਦਿੱਤੀਆਂ ਆ, ਕਈਆਂ ਨੇ ਜਿਹੜੀਆਂ ਉਹ ਭਰਨੀਆਂ। ਹੁਣ ਤੱਕ 26 ਮਿਲੀਅਨ ਜਿਹੜੀਆਂ ਹਰਜੋਤ ਸਿੰਘ ਜੀ ਐਪਲੀਕੇਸ਼ਨਸ ਜਿਹੜੀ ਪ੍ਰਸ਼ਾਸਨ ਨੂੰ ਜਿਹੜੀਆਂ ਉਹ ਮਿਲ ਚੁੱਕੀਆਂ ਸੀ, ਜਿਨ੍ਹਾਂ ਵਿੱਚ $10,000 ਦਾ ਸਟੂਡੈਂਟ ਲੋਨ ਫੋਰਗਿਵਨੈਸ ਅਤੇ $20,000 ਤੱਕ ਦੀ ਜਿਹੜੀ ਕੈਂਸਲੇਸ਼ਨ ਜਿਹੜੀ ਆ ਜੇ ਪਹਿਲ ਗ੍ਰਾਂਟ ਵਾਲੇ ਆ ਉਹਨਾਂ ਦੇ ਲਈ ਜਿਹੜੀ ਹੋਊਗੀ। ਹੁਣ ਕਹਿੰਦੇ ਵੀ ਉਹਨਾਂ ਬੋਰੋਅਰਸ ਦੇ ਲਈ ਕੀ ਜਿਹੜਾ ਉਹ ਹੋਊਗਾ, ਕਹਿੰਦੇ ਵੀ ਹੁਣ ਉਹਨਾਂ ਦੇ ਕੋਲ ਇੰਤਜ਼ਾਰ ਕਰਨ ਤੋਂ ਇਲਾਵਾ ਕੁਛ ਹੋਰ ਚਾਰਾ ਨਹੀਂ ਹੈਗਾ। ਫਿਫਥ ਸਰਕਟ ਕੋਰਟ ਦੇ ਵਿੱਚ ਕੀ ਇਸ ਦਾ ਨਿਰਣਾ ਆਉਂਦਾ ਆ, ਕਿੱਦਾਂ ਦੀ ਜ਼ਿਰਾ ਹੁੰਦੀ ਆ, ਹੱਕ 'ਚ ਆਉਂਦਾ ਆ, ਉਲਟ ਜਾਂਦਾ ਆ, ਇਹ ਜਿਹੜਾ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਸੋ ਡਿਪਾਰਟਮੈਂਟ ਆਫ ਜਸਟਿਸ ਕਹਿੰਦੇ ਆ ਵੀ ਟੈਕਸਸ ਦੇ ਜਿਹੜੇ ਜੱਜ ਦੇ ਆਰਡਰ ਆ ਉਸ ਉੱਤੇ ਐਮਰਜੈਂਸੀ ਸਟੇ ਦੀ ਮੰਗ ਵੀ ਜਿਹੜੀ ਉਹ ਕਰ ਸਕਦੇ ਆ। ਕਹਿੰਦੇ ਵੀ ਜੇ ਇਹ ਸਟੇ ਉਹਨਾਂ ਨੂੰ ਮਿਲ ਜਾਂਦੀ ਆ ਤਾਂ ਇਹ ਜਿਹੜਾ ਪ੍ਰੋਗਰਾਮ ਆ ਕੁਛ ਚਿਰ ਦੇ ਲਈ ਕੇਸ ਜਿਹੜੇ ਪੈਂਡਿੰਗ ਜਿੰਨੀ ਦੇਰ ਤੱਕ ਚੱਲ ਰਿਹਾ ਆ ਉਦੋਂ ਤੱਕ ਜਿਹੜੇ ਡੈਟ ਕੈਂਸਲ ਵੱਲ ਦਾ ਕੰਮ ਜਿਹੜਾ ਉਹ ਮੁੜ ਚਲਾ ਸਕਦੇ ਆ। ਸੋ ਕਹਿੰਦੇ ਵੀ ਉੱਦਾਂ ਇਹ ਆ ਵੀ ਇਹ ਜਿਹੜੀ ਰੂਲਿੰਗ ਆਉਣ ਦੇ ਨਾਲ ਇਸ ਪੂਰੇ ਪ੍ਰੋਸੈਸ ਦੀ ਜਿਹੜੀ ਟਾਈਮ ਲਾਈਨ ਆ ਉਹ ਪੂਰੀ ਤਰ੍ਹਾਂ ਜਿਹੜੀ ਆ ਹਿਲ ਜੁਲ ਜਿਹੜੀ ਉਹ ਚੁੱਕੀ ਹੈਗੀ ਆ। ਸੋ 26 ਮਿਲੀਅਨ ਬੋਰੋਅਰਸ ਜਿਨ੍ਹਾਂ ਨੇ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਉਹ ਲੋੜੀਂਦੀ ਜਾਣਕਾਰੀ ਘੱਲ ਦਿੱਤੀ ਸੀਗੀ ਡੈਟ ਰਿਲੀਫ ਦੇ ਲਈ, ਉਹਨਾਂ ਦੇ ਵਿੱਚੋਂ 16 ਮਿਲੀਅਨ ਨੂੰ ਕਹਿੰਦੇ ਆਲਰੇਡੀ ਅਪਰੂਵ ਕਰ ਦਿੱਤਾ ਗਿਆ ਸੀਗਾ ਰਿਲੀਫ ਦੇ ਲਈ, ਪਰ ਡਿਪਾਰਟਮੈਂਟ ਨੂੰ ਹੁਣ ਉਸ ਸਾਰੇ ਮਾਮਲੇ ਦੇ ਉੱਤੇ ਰੋਕ ਲਾ ਕੇ ਰੱਖਣੀ ਪੈਣੀ ਆ ਜਿੰਨੀ ਦੇਰ ਤੱਕ ਇਸ ਪੂਰੇ ਮਸਲੇ ਦਾ ਹੁਣ ਅਦਾਲਤਾਂ ਦੇ ਵਿੱਚ ਸੁਲਝ ਜਿਹੜਾ ਉਹ ਨਹੀਂ ਜਾਂਦਾ ਹੈ। ਕੱਲ ਟੈਕਸਸ ਦੇ ਇੱਕ ਫੈਡਰਲ ਕੋਰਟ ਨੇ ਸਟੂਡੈਂਟ ਲੋਨ ਬੋਰੋਅਰਸ, ਜਿਹੜਾ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਫੋਰਗਿਵਨੈਸ ਪ੍ਰੋਗਰਾਮ ਰੱਖਿਆ ਸੀ $10,000 ਤੋਂ $20,000 ਤੱਕ ਜਿਹੜੇ ਫੈਡਰਲ ਸਟੂਡੈਂਟ ਲੋਨਸ ਆ ਉਹਨਾਂ ਦੀ ਮਾਫੀ ਨੂੰ ਉਸ ਨੂੰ ਸਟਰੱਕ ਡਾਊਨ ਕਰ ਦਿੱਤਾ ਹੈ। ਉਸ ਨੂੰ ਉਹਨਾਂ ਨੇ ਕਿਹਾ ਵੀ ਐਗਜ਼ੈਕਟਿਵ ਬ੍ਰਾਂਚ ਦੇ ਕੋਲ ਇਹ ਪਾਵਰ ਨਹੀਂ ਹੈਗੀ ਵੀ ਇਹ ਜਿਹੜੇ ਸਟੂਡੈਂਟ ਲੋਨਸ ਆ ਉਹਨਾਂ ਨੂੰ ਫੋਰਗਿਵ ਜਿਹੜਾ ਉਹ ਕਰ ਸਕੇ। ਹੁਣ ਡਿਪਾਰਟਮੈਂਟ ਆਫ ਜਸਟਿਸ ਇਮੀਡੀਏਟਲੀ ਉਹਨਾਂ ਨੇ ਜਿਹੜੇ ਫਿਫਥ ਸਰਕਟ ਕੋਰਟ ਆਫ ਅਪੀਲਸ ਆ ਉਸ ਦੇ ਵਿੱਚ ਦਰਖਾਸਤ ਜਿਹੜੀ ਉਹ ਲਾ ਦਿੱਤੀ ਆ ਇਸ ਜਿਹੜੇ ਫੈਸਲੇ ਦੇ ਜਿਹੜਾ ਉਲਟ। ਸੋ ਉਹਨਾਂ ਨੇ ਇਸ ਨੂੰ ਗੈਰ ਕਾਨੂੰਨੀ ਜਾਂ ਇਲੀਗਲ ਜਿਹੜਾ ਆ ਇਸ ਪ੍ਰੋਗਰਾਮ ਨੂੰ ਜਿਹੜਾ ਉਹ ਕਰਾਰ ਦੇ ਦਿੱਤਾ ਸੀਗਾ। ਟਰੰਪ ਅਪੁਆਇੰਟਡ ਜਿਹੜੇ ਸੀਗੇ ਜੱਜ ਜਿਨ੍ਹਾਂ ਨੇ ਇਸ ਸਟੂਡੈਂਟ ਲੋਨ ਫੋਰਗਿਵਨੈਸ ਪ੍ਰੋਗਰਾਮ ਨੂੰ ਸਟਰੱਕ ਡਾਊਨ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਕਹਿੰਦੇ ਵੀ ਇਸ ਦੇ ਨਾਲ ਜਿਹੜੀਆਂ ਡਿਪਾਰਟਮੈਂਟ ਆਫ ਐਜੂਕੇਸ਼ਨ ਆ ਉਹਨਾਂ ਨੂੰ ਜਿਹੜੀਆਂ ਡੈਟ ਰਿਲੀਫ ਦੀਆਂ ਐਪਲੀਕੇਸ਼ਨਸ ਆ ਉਸ ਉੱਤੇ ਹੁਣ ਰੋਕ ਲਾਉਣੀ ਪੈ ਚੁੱਕੀ ਆ। ਸੋ ਇਸ ਤੋਂ ਪਹਿਲਾਂ ਕਈਆਂ ਨੇ ਜਿਹੜੇ ਆਲਰੇਡੀ ਐਪਲੀਕੇਸ਼ਨਸ ਭਰ ਦਿੱਤੀਆਂ ਆ, ਕਈਆਂ ਨੇ ਜਿਹੜੀਆਂ ਉਹ ਭਰਨੀਆਂ। ਹੁਣ ਤੱਕ 26 ਮਿਲੀਅਨ ਜਿਹੜੀਆਂ ਹਰਜੋਤ ਸਿੰਘ ਜੀ ਐਪਲੀਕੇਸ਼ਨਸ ਜਿਹੜੀ ਪ੍ਰਸ਼ਾਸਨ ਨੂੰ ਜਿਹੜੀਆਂ ਉਹ ਮਿਲ ਚੁੱਕੀਆਂ ਸੀ, ਜਿਨ੍ਹਾਂ ਵਿੱਚ $10,000 ਦਾ ਸਟੂਡੈਂਟ ਲੋਨ ਫੋਰਗਿਵਨੈਸ ਅਤੇ $20,000 ਤੱਕ ਦੀ ਜਿਹੜੀ ਕੈਂਸਲੇਸ਼ਨ ਜਿਹੜੀ ਆ ਜੇ ਪਹਿਲ ਗ੍ਰਾਂਟ ਵਾਲੇ ਆ ਉਹਨਾਂ ਦੇ ਲਈ ਜਿਹੜੀ ਹੋਊਗੀ। ਹੁਣ ਕਹਿੰਦੇ ਵੀ ਉਹਨਾਂ ਬੋਰੋਅਰਸ ਦੇ ਲਈ ਕੀ ਜਿਹੜਾ ਉਹ ਹੋਊਗਾ, ਕਹਿੰਦੇ ਵੀ ਹੁਣ ਉਹਨਾਂ ਦੇ ਕੋਲ ਇੰਤਜ਼ਾਰ ਕਰਨ ਤੋਂ ਇਲਾਵਾ ਕੁਛ ਹੋਰ ਚਾਰਾ ਨਹੀਂ ਹੈਗਾ। ਫਿਫਥ ਸਰਕਟ ਕੋਰਟ ਦੇ ਵਿੱਚ ਕੀ ਇਸ ਦਾ ਨਿਰਣਾ ਆਉਂਦਾ ਆ, ਕਿੱਦਾਂ ਦੀ ਜ਼ਿਰਾ ਹੁੰਦੀ ਆ, ਹੱਕ 'ਚ ਆਉਂਦਾ ਆ, ਉਲਟ ਜਾਂਦਾ ਆ, ਇਹ ਜਿਹੜਾ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਸੋ ਡਿਪਾਰਟਮੈਂਟ ਆਫ ਜਸਟਿਸ ਕਹਿੰਦੇ ਆ ਵੀ ਟੈਕਸਸ ਦੇ ਜਿਹੜੇ ਜੱਜ ਦੇ ਆਰਡਰ ਆ ਉਸ ਉੱਤੇ ਐਮਰਜੈਂਸੀ ਸਟੇ ਦੀ ਮੰਗ ਵੀ ਜਿਹੜੀ ਉਹ ਕਰ ਸਕਦੇ ਆ। ਕਹਿੰਦੇ ਵੀ ਜੇ ਇਹ ਸਟੇ ਉਹਨਾਂ ਨੂੰ ਮਿਲ ਜਾਂਦੀ ਆ
ਤਾਂ ਇਹ ਜਿਹੜਾ ਪ੍ਰੋਗਰਾਮ ਆ ਕੁਛ ਚਿਰ ਦੇ ਲਈ ਕੇਸ ਜਿਹੜੇ ਪੈਂਡਿੰਗ ਜਿੰਨੀ ਦੇਰ ਤੱਕ ਚੱਲ ਰਿਹਾ ਆ ਉਦੋਂ ਤੱਕ ਜਿਹੜੇ ਡੈਥ ਕੈਂਸਲ ਵੱਲ ਦਾ ਕੰਮ ਜਿਹੜਾ ਉਹ ਮੁੜ ਚਲਾ ਸਕਦੇ ਹਾਂ। ਸੋ ਕਹਿੰਦੇ ਵੀ ਉੱਦਾਂ ਇਹ ਆ ਵੀ ਇਹ ਜਿਹੜੀ ਰੂਲਿੰਗ ਆਉਣ ਦੇ ਨਾਲ ਇਸ ਪੂਰੇ ਪ੍ਰੋਸੈਸ ਦੀ ਜਿਹੜੀ ਟਾਈਮਲਾਈਨ ਆ ਉਹ ਪੂਰੀ ਤਰ੍ਹਾਂ ਜਿਹੜੀ ਆ ਹਿਲਜੁਲ ਜਿਹੜੀ ਉਹ ਹੋ ਚੁੱਕੀ ਹੈਗੀ ਆ। ਸੋ 26 million ਬੋਰੋਵਰਸ ਜਿਨ੍ਹਾਂ ਨੇ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਉਹ ਲੋੜੀਂਦੀ ਜਾਣਕਾਰੀ ਘੱਲ ਦਿੱਤੀ ਸੀਗੀ ਡੈਟ ਰਿਲੀਫ ਦੇ ਲਈ, ਉਹਨਾਂ ਦੇ ਵਿੱਚੋਂ 16 million ਨੂੰ ਕਹਿੰਦੇ ਆਲਰੇਡੀ ਅਪਰੂਵ ਕਰ ਦਿੱਤਾ ਗਿਆ ਸੀਗਾ ਰਿਲੀਫ ਦੇ ਲਈ, ਪਰ ਡਿਪਾਰਟਮੈਂਟ ਨੂੰ ਹੁਣ ਉਸ ਸਾਰੇ ਮਾਮਲੇ ਦੇ ਉੱਤੇ ਰੋਕ ਲਾ ਕੇ ਰੱਖਣੀ ਪੈਣੀ ਆ ਜਿੰਨੀ ਦੇਰ ਤੱਕ ਇਸ ਪੂਰੇ ਮਸਲੇ ਦਾ ਹੁਣ ਅਦਾਲਤਾਂ ਦੇ ਵਿੱਚ ਸੁਲਝ ਜਿਹੜਾ ਉਹ ਨਹੀਂ ਜਾਂਦਾ ਹੈਗਾ ਜੀ।